ਹਲਕਾ ਡੇਰਾ ਬਾਬਾ ਨਾਨਕ ਦੀਨ ਆਉਂਦੇ ਪਿੰਡ ਰਸੀ ਕੇ ਤਾਲਾ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਭਰਾ ਵੱਲੋਂ ਆਪਣੇ ਹੀ ਭਰਾ ਦੇ ਪਰਿਵਾਰ ਅਤੇ ਭਤੀਜੇ ਦੇ ਘਰ ਦਾਖਲ ਹੋ ਕੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਪੂਰੀ ਜਾਣਕਾਰੀ ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਇਸ ਸੰਬੰਧੀ ਦੂਸਰੀ ਧਿਰ ਰੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ 'ਤੇ ਲੱਗੇ ਹੋਏ ਸਾਰੇ ਦੋਸ਼ਾਂ ਨੂੰ ਸਿਰੇ 'ਤੇ ਨਕਾਰਦੇ ਹੋਏ ਆਖਿਆ ਕਿ ਸਾਡੇ 'ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ, ਇਹਨਾਂ ਵਿੱਚੋਂ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਖ਼ਤ ਸਜ਼ਾ ਦਿੱਤੀ ਜਾਵੇ। ਉਦੋਂ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਿਊ ਡੈਸਕ ਤੋਂ ਆਸ਼ਪਰਾਜ ਮਾਲਾ ਦੀ ਵਿਸ਼ੇਸ਼ ਰਿਪੋਰਟ। ਨਾਮ ਭਾਅ ਜੀ ਮੇਰਾ ਬਲਜਿੰਦਰ ਸਿੰਘ ਜੀ, ਚਾਚੇ ਦੇ ਨਾਲ ਖਜਾਨ ਸਿੰਘ ਦੇ ਨਾਲ ਸਾਡਾ ਝਗੜਾ ਹੋਇਆ ਹੈ ਜੀ ਭਾਅ ਜੀ। ਭਾਅ ਜੀ ਭਾਅ ਜੀ ਉਹ ਮੰਮਾ ਦੇ ਉਹਦਾ ਉਹਨਾਂ ਦਾ ਜਿਹੜਾ ਬੇਟਾ ਜੀ ਉਹ ਮੰਮਾ ਦੇ ਹੱਥੀਂ ਪਿਆ ਜੇ ਦਸਤਾਰ ਲਾਈ ਜੀ ਉਹਨਾਂ ਉਹਨਾਂ ਦੀ ਅੰਮ੍ਰਿਤਸਰ ਗਿਆ ਜੇ ਨਾਲੇ ਤਾਂ ਦਸਤਾਰ ਪੈਰਾਂ 'ਚ ਰੋਲੀ ਸੀ ਜੀ ਉਹਨਾਂ ਦੀ, ਉਹਦੇ ਗੱਲ ਤੋਂ ਝਗੜਾ ਹੋਇਆ ਤਾਂ ਅਸੀਂ ਸਰਪੰਚ ਸਾਹਿਬ ਨੂੰ ਜਾ ਕੇ ਦੱਸਿਆ ਜੀ ਪਿੰਡ ਦੇ ਵਿੱਚ, ਅਤੇ ਸਰਪੰਚ ਸਾਹਿਬ ਕਹਿੰਦੇ ਤੁਹਾਡਾ ਚਲੋ ਪਿੰਡ ਦੇ ਵਿੱਚ ਹੀ ਮਸਲਾ ਹੱਲ ਕਰਾ ਦਾਂਗੇ, ਅਸੀਂ ਥਾਣੇ ਦਰਖਾਸਤ ਦੇਣ ਚੱਲੇ ਹਾਂ ਜੀ। ਅਤੇ ਉਹਦੇ ਕਰਕੇ ਫਿਰ ਅਸੀਂ ਘਰ ਆ ਗਏ, ਫਿਰ ਉਹ ਤੋਂ ਬੁਲਾਵਾ ਸਾਡੇ ਤੋਂ ਫਿਰ ਆਣ ਕੇ ਚਾਚਾ ਜੀ ਹੁਣੀ ਗਾਲਾਂ ਮੰਦਾ ਕੰਡ ਹੈ ਵੀ ਸਾਨੂੰ ਰਾਤ ਸਾੜੀ ਗੰਦ ਮੰਦ ਦਿੰਦੇ ਰਹੇ, ਅਸੀਂ ਚੁੱਪ ਕੀਤੇ ਰਹੇ ਜੀ ਸਰਪੰਚ ਸਾਹਿਬ ਦੇ ਕਹਿਣੇ 'ਤੇ। ਅਤੇ ਫਿਰ ਉਹਨਾਂ ਜਾ ਕੇ ਸਗੋਂ ਉਲਟ ਸਾਡੇ 'ਤੇ ਦਰਖਾਸਤ ਦੇ ਦਿੱਤੀ ਜੀ ਥਾਣੇ ਜਾ ਕੇ। ਉਹਦਾ ਭਾਅ ਜੀ ਅੱਜ 11 ਵਜੇ ਫੈਸਲਾ ਸੀ ਜੀ, ਅਤੇ ਕੱਲ੍ਹ 2:45 ਉਹਨਾਂ ਬੰਦੇ ਪਵਾ ਤੇ ਸਾਡੇ 16 ਬੰਦੇ ਭਾਅ ਜੀ, 2 ਗੱਡੀਆਂ ਆਏ ਜੀ। ਸੱਟਾਂ ਭਾਅ ਜੀ ਬਹੁਤ ਜ਼ਿਆਦਾ ਲੱਗੀਆਂ ਸਾਰੇ ਪਰਿਵਾਰ ਨੂੰ, ਮੇਰੇ ਮਦਰ ਨੂੰ ਲੱਗੇ ਜੇ, ਘਰਦਿਆਂ ਨੂੰ, ਮੇਰੀ ਘਰ ਦੀ ਨੂੰ ਲੱਗੀਆਂ, ਇੱਕ ਮੇਰਾ ਭਾਂਜਾ ਜੇ ਛੋਟਾ ਜਿਹਾ ਹੁੰਦਾ ਇੱਥੇ ਰਹਿੰਦਾ ਉਹਨੂੰ ਵੀ ਲੱਗੀਆਂ ਜੇ, ਮੇਰੇ ਲੱਗੀਆਂ। ਹਾਂਜੀ ਹਾਂਜੀ, ਇੱਥੇ ਦਾਖਲ ਜੇ ਸਾਰੇ। ਪ੍ਰਸ਼ਾਸਨ ਕੋਲ ਭਾਅ ਜੀ ਇਹੋ ਹੀ ਬੇਨਤੀ ਕਰਦੇ ਹਾਂ ਵੀ ਸਾਡਾ ਇਨਸਾਫ ਦਿੱਤਾ ਜਾਏ ਸਾਨੂੰ ਭਾਅ ਜੀ। ਹਾਂਜੀ, ਬੰਦੇ ਜਿਹੜੇ ਆਏ ਉਹਨਾਂ ਨੂੰ ਬਸ ਸਜ਼ਾ ਮਿਲੇ, ਹਾਂਜੀ ਕਾਬੂ ਕੀਤੇ ਜਾਣ। ਬੰਦੇ ਇਹੋ ਜੀ ਚਾਚੇ ਨੇ ਪਵਾਏ ਜੀ, ਉਹ ਖਜਾਨ ਸਿੰਘ ਭਾਅ ਜੀ ਉਹਨਾਂ ਦਾ। ਹਾਂਜੀ ਭਾਅ ਜੀ, ਇੱਕ ਉਹਦਾ ਸਾਲਾ ਸੀ ਜੇ ਨਾਲ ਆਇਆ, ਉਹਦੇ ਨਾਲ ਅਨਸਪਾਤੇ ਬੰਦੇ ਆਏ ਜੀ, ਉਹਨਾਂ ਦਿਨਿਆਂ ਨੂੰ ਪਛਾਣ ਕਿਹੜੇ ਬੰਦੇ ਹੈਗੇ। ਘਰ ਦਾ ਭਾਅ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ, ਨਕਦੀ 1 ਲੱਖ ਰੁਪਈਆ ਪਿਆ ਸੀ ਜੀ, ਕੰਮ ਤੋਂ ਲਿਆਂਦਾ ਸੀ, ਰਾਜ ਮਿਸਤਰੀ ਦਾ ਕੰਮ ਕਰਦੇ ਭਾਅ ਜੀ, ਉੱਤੋਂ ਕੰਮ ਤੋਂ ਲਿਆ ਕੇ ਪਾਪਾ ਨੇ 1 ਲੱਖ ਰੁਪਈਆ ਰੱਖਿਆ ਘਰੋਂ, ਉਹ ਵੀ ਲੈ ਗਏ ਜੇ, ਸੋਨਾ ਸਾਨਾ ਸਾਡਾ ਲੈ ਗਏ ਜੇ, ਹੋਰ ਬਾਕੀ ਸ਼ੀਸ਼ੇ ਸਾਸੇ ਬੜੇ ਤੋੜ ਭੰਨ ਕਰ ਗਏ, ਗੇਟ ਸਾਡਾ ਵੱਢ ਗਏ ਜੇ ਦਾਤਰ ਮਾਰ ਮਾਰ ਗਏ। ਹਾਂਜੀ, ਮਸ਼ੀਨ ਭੰਨ ਗਏ ਕੱਪੜੇ ਧੋਣ ਵਾਲੀ ਭਾਅ ਜੀ। ਹਾਂਜੀ 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 ਭਾਅ ਜੀ, ਪ੍ਰਸ਼ਾਸਨ ਦੇ ਦਿਆ ਜੀ ਕਾਰਵਾਈ ਕਰਨ। ਹਾਂ, ਮੈਂ ਹਰਬੰਸ ਲਾਲ, ਪਿੰਡ ਰਨਸੀਕੇ ਤਲੇ ਦਾ ਸਰਪੰਚ ਬੋਲਣ ਡਿਆ ਜੀ। ਜੋ ਕੁਛ ਸਾਡੇ ਪਿੰਡ ਵਾਪਰਿਆ ਇਹ ਬਹੁਤ ਹੀ ਨਿੰਦਣਯੋਗ ਆ, ਅਤੇ ਜੋ ਕੁਛ ਹੋਇਆ ਵਾ ਗਰੀਬ ਪਰਿਵਾਰ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਇਹਨਾਂ ਦਾ ਪਰਸੋਂ 5 ਤਰੀਕ ਨੂੰ ਕੋਈ ਛੋਟੇ ਬੱਚਿਆਂ ਕਰਕੇ ਥੋੜ੍ਹਾ ਜਿਹਾ ਝਗੜਾ ਹੋਇਆ ਸੀ, ਮਾਮੂਲੀ ਜਿਹਾ ਝਗੜਾ ਹੋਇਆ ਸੀ, ਜਿਹਦੀ ਇਹ ਰਿਪੋਰਟ ਦੇਣ ਧਿਆਨ ਸਿਆਂ ਚੱਲੇ ਸੀ ਆਪਣੇ ਕੋਟਲੀ ਸੂਰਤ ਮੱਲੀਆਂ। ਮੈਂ ਰਾਹ 'ਚ ਇਹਨਾਂ ਨੂੰ ਰੋਕਤਾ ਵੀ ਮੈਂ ਇਹਨਾਂ ਦਾ ਪਿੰਡ ਦੇ ਵਿੱਚ ਸਮਝੌਤਾ ਕਰ ਦਿਆਂਗਾ। ਉਹ ਜਿਹੜੀ ਆ ਬਾਅਦ 'ਚ ਫਿਰ ਸ਼ਾਮਾਂ ਨੂੰ ਇਹਨਾਂ ਦੀ ਤੂਤੋਂ ਮੈਂ ਥੋੜ੍ਹੀ ਬਹੁਤੀ ਹੋ ਗਈ ਹੈ ਜਨਾਨੀਆਂ ਦੀ, ਉਹਨਾਂ ਉਹ ਦੂਜੀ ਪਾਰਟੀ ਨੇ ਜਾ ਕੇ ਪਰਚਾ ਦੇ ਦਿੱਤਾ ਵਾ, ਰਿਪੋਰਟ ਲਿਖਾ ਦਿੱਤੀ ਹੈ। ਕੱਲ੍ਹ ਅਸੀਂ ਆਪਣੇ 6 ਤਰੀਕ ਨੂੰ ਅਸੀਂ ਆਪਣੇ ਥਾਣਾ ਕੋਟ 6 ਤਰੀਕ ਕੱਲ੍ਹ ਹੀ 5 ਤਰੀਕ ਨੂੰ ਅਸੀਂ ਉੱਥੇ ਕੋਟਲੀ ਸੂਰਤ ਮੱਲੀਆਂ ਥਾਣੇ ਵਿੱਚ ਪਹੁੰਚੇ ਹਾਂ। ਜਿਹੜਾ ਉੱਥੋਂ ਦਾ SHO ਆ ਉਹਨੇ ਸਾਨੂੰ ਅੱਜ 11 ਵਜੇ ਦਾ ਫੈਸਲੇ ਦਾ ਟਾਈਮ ਦਿੱਤਾ ਸੀ। ਉਹਦੀ ਰੰਜਿਸ਼ 'ਚ ਚੱਲਦਿਆਂ ਦੂਜੀ ਪਾਰਟੀ ਉੱਥੇ ਪਹੁੰਚੀ ਨਹੀਂ, ਅਸੀਂ ਪਹੁੰਚ ਗਏ ਉੱਥੇ। ਉਹਦੀ ਰੰਜਿਸ਼ ਕਰਕੇ ਉਹਨੇ ਬਾਹਰੋਂ ਗੁੰਡੇ ਮੰਗਵਾ ਕੇ ਇਹਨਾਂ ਦੀ ਘਰ ਦੀ ਗਰੀਬ ਪਰਿਵਾਰ ਦੀ ਬੇਅਦਬੀ ਕੀਤੀ ਆ, ਨਾਲੇ ਦਸਤਾਰ ਲਾਏ ਆ, ਨਾਲੇ ਕੰਕਾਰਾਂ ਦੀ ਬੇਅਦਬੀ ਹੋਈ ਆ, ਅਤੇ ਬਹੁਤ ਜ਼ਿਆਦਾ ਸਾਰਾ ਕੁਝ ਵੀਡੀਓ ਦੇ ਵਿੱਚ ਹੀ ਆ, ਭੰਨ ਤੋੜ ਬਹੁਤ ਦਾਤਰਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ, ਅਤੇ ਵੱਢ ਟੁੱਕ ਸਾਰੇ ਪਰਿਵਾਰ ਦੀ ਕੀਤੀ ਆ, ਜਿਹੜੇ ਕਿ ਵੇਖਣ ਯੋਗ ਨੀਗੀ, ਨਿੰਦਣ ਯੋਗ ਆ। ਮੈਂ ਇਹਦੇ ਪੁਰ ਜ਼ੋਰ ਨਾਲ ਨਿਖੇਧੀ ਕਰਨਾ ਵਾ, ਇਹ ਖਜਾਨ ਸਿੰਘ ਦੇ ਘਰ ਦੀ ਨੇ ਸੱਦੇ ਆ, ਆਪਣੇ ਭਰਾ ਭਰਾ ਹੀ ਆ, ਦੋਵੇਂ ਭਰਾਵਾਂ ਦਾ ਝਗੜਾ ਸੀ। ਖਜਾਨ ਸਿੰਘ ਦੀ ਘਰ ਦੀ ਜਿਹੜੀ ਆ ਉਹਨੇ ਮੁੰਡੇ ਛੱਡ ਕੇ, ਪਤਾ ਨਹੀਂ ਆਪਣੇ ਪੇਕਿਆਂ ਤੋਂ ਮੰਗਵਾਏ ਹੈਗੇ ਜਾਂ ਕਿੱਥੋਂ ਮੰਗਵਾਏ ਆ ਇਹ ਨਹੀਂ ਸਾਨੂੰ ਕੋਈ ਪਤਾ ਹੈਗਾ। 2 ਗੱਡੀਆਂ ਭਰ ਕੇ ਆਈਆਂ ਨੇ, ਭਰ ਕੇ ਆਈਆਂ ਨੇ ਸਾਡੇ ਪਿੰਡ ਦੇ ਵਿੱਚ, ਬਹੁਤ ਜ਼ਿਆਦਾ ਬੇਇੱਜ਼ਤੀ ਆ ਜਿਹੜੀ ਇਹ ਕੰਮ ਵਾਪਰਿਆ ਨਾ, ਇਹ ਬਹੁਤ ਮਾੜੀ ਗੱਲ ਹੋਈ ਆ। ਅਤੇ ਉਹ ਉਹਨਾਂ ਦੇ ਦੱਸਣ ਮੁਤਾਬਕ ਆ ਵੀ 50,000 ਇੱਕ ਬੰਦਾ ਜਿਹੜਾ ਵਾ ਅਲਮਾਰੀ ਫੋਲਦਾ ਰਿਹਾ ਵਾ, ਅਤੇ ਬਾਕੀ ਜਿਹੜੇ ਕੁੱਟਮਾਰ ਕਰਦੇ ਰਹੇ ਆ, ਅਤੇ ਉਹ ਉਹਨੇ ਫੋਲਾ ਫਲਾਈ ਲਾਈ ਆ, ਪਤਾ ਨਹੀਂ ਕੋਈ 50,000 ਲੈ ਗਿਆ ਜਾਂ ਇਹ ਇਹਨਾਂ ਨੂੰ ਪਤਾ ਹੋਏਗਾ, ਸਾਨੂੰ ਉਹਦੇ ਵਿੱਚ ਕੋਈ ਇਲਮ ਨਹੀਂ ਹੈਗਾ। ਉਹ ਆਉਂਦੇ ਆ ਸਾਡਾ ਸੋਨਾ ਵੀ ਗਿਆ ਵਾ, 50,000 ਰੁਪਈਆ ਵੀ ਗਿਆ ਵਾ, ਅਤੇ ਕੁੱਟਮਾਰ ਸਾਰੇ
ਸਾਰਾ ਪਰਿਵਾਰ ਜਿਹੜਾ ਇਸ ਟਾਈਮ 'ਤੇ ਹਸਪਤਾਲ ਪਿਆ ਵਾ ਅਤੇ ਫੋਨ ਪਾਣ ਵੀ ਲੈ ਗਏ ਆ। ਪ੍ਰਸ਼ਾਸਨ ਤੋਂ ਇਹ ਪੁਰਜ਼ੋਰ ਮੰਗ ਕਰਨੇ ਹਾਂ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਪਿੰਡ ਵਿੱਚ ਇਹੋ ਜਿਹਾ ਘਟਨਾ ਜਿਹੜੀ ਵਾਪਰਨੀ ਨਹੀਂ ਚਾਹੀਦੀ। ਕੀਤਾ ਵਾ ਸਾਡੇ ਪਰਿਵਾਰ ਦੇ ਨਾਲ ਬੇਨਿਆਏ, ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਵਾ। ਸਾਡਾ 14 ਸਾਲ ਦਾ ਬੱਚਾ ਜਿਹਨੂੰ ਇਹਨਾਂ ਨੇ ਵਾਲਾਂ ਤੋਂ ਫੜ ਕੇ ਉਹਨਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਲੀ ਦੇ ਵਿੱਚ, ਉਹਨਾਂ ਨੇ ਨਾਲੀ ਦੇ ਵਿੱਚ ਦਸਤਾਰ ਸੁੱਟ ਕੇ ਉਹਨੂੰ ਸਿਰ ਦੇ ਵਿੱਚ ਛਿੱਤਰ ਮਾਰੇ ਗਏ। ਸਾਡਾ ਸਰਕਾਰ ਜੀ ਇਹ ਬਹੁਤ ਵੱਡਾ ਇਹਨਾਂ ਨੇ ਸਾਡੇ 'ਤੇ ਗਲਤ ਕੰਮ ਕੀਤਾ, ਕਿਉਂਕਿ ਮੇਰਾ ਆਦਮੀ 14 ਸਾਲ ਤੋਂ ਬਿਮਾਰ ਹੈ, ਬਹੁਤ ਜ਼ਿਆਦਾ ਬਿਮਾਰ ਨੇ। ਇਹ ਕੁਛ ਨਹੀਂ ਕਰ ਸਕਦੇ ਅਤੇ ਸਰਕਾਰ ਕੰਮ ਵੀ ਨਹੀਂ ਕਰ ਸਕਦੇ। ਵੇਖੋ ਅਸੀਂ ਸਭ ਤੋਂ ਪਹਿਲਾਂ ਤਾਂ ਇੱਦਾਂ ਹੋਇਆ ਕਿ ਅਸੀਂ ਘਰ ਨਹੀਂ ਸੀ ਹੈਗੇ, ਨਾ ਇਹ ਆਪ ਘਰ ਹੈਗੇ ਸੀ ਨਾ ਮੈਂ ਘਰ ਹੈਗੀ ਸੀ। ਮੇਰੇ 3 ਬੱਚੇ ਆ, 2 ਬੇਟੀਆਂ ਅਤੇ 1 ਬੇਟਾ ਜੀ, ਮੇਰੇ 3 ਬੱਚੇ ਘਰ ਸੀ। ਇਹਨਾਂ ਨੇ ਵੇਖ ਕੇ ਮੌਕਾ ਵੇਖ ਕੇ ਕਿ ਘਰ ਕੋਈ ਨਹੀਂ ਹੈਗਾ, ਮੇਰੇ ਬੱਚਿਆਂ 'ਤੇ ਹਮਲਾ ਕੀਤਾ। ਪਹਿਲਾਂ ਮੇਰੇ ਬੇਟੇ ਨੂੰ ਚਪੇੜ ਮਾਰੀ, ਫਿਰ ਉਸ ਤੋਂ ਬਾਅਦ ਮੇਰੀਆਂ ਬੇਟੀਆਂ 'ਤੇ ਹਮਲਾ ਕੀਤਾ। ਫਿਰ ਮੇਰੇ ਬੱਚੇ ਨੂੰ ਇੰਨੀ ਗੱਲ ਕਹਿ ਦਿੱਤੀ ਕਿ ਜੇ ਤੂੰ ਘਰੋਂ ਨਿਕਲਿਆ ਤਾਂ ਤੇਰਾ ਹਾਲ ਬੁਰਾ ਕਰਾਂਗੇ। ਹਾਂਜੀ, ਉਸ ਸਮੇਂ 'ਤੇ ਅਸੀਂ ਕੋਈ ਦਰਖਾਸਤ ਨਹੀਂ ਦਿੱਤੀ, ਸਾਨੂੰ ਇਸ ਗੱਲ ਦਾ ਕੋਈ ਨਹੀਂ ਸੀ ਭੈਣਸਾ ਹੈਗਾ ਕਿ ਵਾਕਈ ਇਹਨਾਂ ਨੇ ਜੋ ਕਹਿ ਦਿੱਤਾ ਇਹ ਕਰਨਗੇ, ਇਹਨਾਂ ਕੋਈ ਦਿਮਾਗ ਦੇ ਵਿੱਚ ਨਹੀਂ ਸੀ ਹੈਗਾ। ਫਿਰ ਉਸ ਤੋਂ ਬਾਅਦ ਇਹ ਸ਼ਾਮ ਨੂੰ ਸਾਡਾ ਬੇਟਾ ਬਾਹਰ ਗਿਆ ਵਾ ਪਿੰਡ 1.5 ਗਵਾਰ, ਇਹਨਾਂ ਨੇ ਪਿੱਛਾ ਕੀਤਾ ਸਾਡੇ ਬੱਚੇ ਦਾ। ਬੜੀ ਮੁਸ਼ਕਲ ਇਹ ਆ ਗਿਆ ਘਰ, ਆਇਆ ਵਾ ਆਣ ਕੇ।